ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਮੈਂ ਸਾਰੇ ਬੱਚਿਆਂ ਨੂੰ ਇਹ ਲਾਈਵ 'ਚ ਹੀ ਕਹਿ ਦਿਆਂ ਕਿ ਗਾਰੰਟੀ ਪੀਨੈਕਲ ਵੱਲੋਂ ਵੀਜ਼ੇ ਦੀ ਗਰੰਟੀ ਨਹੀਂ ਦਿੱਤੀ ਜਾਂਦੀ ਪਰ ਠਾ ਅਸੀਂ ਮਿਹਨਤ ਦੀ ਗਰੰਟੀ ਜ਼ਰੂਰ ਦਿੰਦੇ ਆ ਤੇ ਮੈਂ ਸਰ ਦੱਸਦਾਂ ਬਹੁਤ ਸਾਰੇ ਬੱਚਿਆਂ ਇੱਕ ਵੱਡਾ ਨੰਬਰ ਹੈਗਾ ਜਿਹੜਾ ਸੁਪਨਿਆਂ ਦੇ ਪੂਰੇ ਕਰਨ ਚ ਅਸੀਂ ਕਾਮਯਾਬ ਹੁੰਦੇ ਤੇ ਵਾਇਗੁਰੂ ਸਾਡੀ ਇੱਜ਼ਤ ਰੱਖ ਲੈਂਦਾ ਬਟ ਠਾ ਮੈਂ ਉਹਨਾਂ ਬੱਚਿਆਂ ਦੀ ਗੱਲ ਕਰਨੀ ਹਮੇਸ਼ਾ ਪਸੰਦ ਕਰਦਾ ਜਿਨ੍ਹਾਂ ਦੀ ਕਿਸੇ ਕਾਰਨ ਵੀ ਰਿਫਿਊਜ਼ਲ ਆਈ ਆ ਤੇ ਆ ਜਿਹੜੀ ਟੈਗ ਲਾਈਨ ਤੁਸੀਂ ਦਿੱਤੀ ਸਰ ਬੱਚਿਆਂ ਨੇ ਦਿੱਤੀ ਆ ਤੇ ਵਾਇਗੁਰੂ ਕਹਿੰਦਾ ਜ਼ਰੂਰ ਬਣਾਈ ਰੱਖੇ ਕਿਉਂਕਿ ਆ ਪਿਛਲੇ ਇਨਟੇਕਸ ਦੇ ਵਿੱਚ ਵੀ ਇੱਕ ਵੱਡੇ ਨੰਬਰ ਦੇ ਵਿੱਚ ਹੈ ਕਿ ਆ ਬੱਚਿਆਂ ਦੇ ਸੁਪਨੇ ਪੂਰੇ ਕਰਕੇ ਜਿਹੜੀ ਇੱਕ ਤਸੱਲੀ ਹੁੰਦੀ ਏ ਉਸ ਉਹਦੇ ਉਹਦਾ ਸੀ ਪਰਮਾਤਮਾ ਨੂੰ ਦੇਣਾ ਨਹੀਂ ਦੇ ਸਕਦੇ ਉਹੀ ਮੈਂ ਕਹਿੰਦਾ ਸਾਡੀ ਅਸਲੀ ਕਮਾਈ ਆ ਤੇ ਸਰ ਮੈਂ ਅੱਜ ਇੱਕ ਬੱਚਿਆਂ ਨੂੰ ਉਹਨਾਂ ਬੱਚਿਆਂ ਦੀ ਗੱਲ ਕਰੂੰਗਾ ਜਿਨ੍ਹਾਂ ਦਾ ਕਿਸੇ ਵੀ ਕਾਰਨ ਕਰਕੇ ਵੀਜ਼ਾ ਨਹੀਂ ਆਇਆ ਜਾਂ ਜਿਹੜੇ ਵੀ ਬੱਚਿਆਂ ਨੇ ਨਵੇਂ ਨੇ ਅਪਲਾਈ ਕਰਨਾ ਮੇਰਾ ਇਹ ਮੰਨਵਾ ਆ ਆਪਾਂ ਆਪ ਗਲਤੀ ਕਰੀਏ ਉਹਦੇ ਤੋਂ ਨ ਸਿੱਖੀਏ ਨਾ ਕਿ ਜਿਹੜਾ ਸਹੀ ਕੀ ਕੰਮ ਆ ਕਿ ਜਿਹੜਾ ਆਪਾਂ ਕਿਸੇ ਦੀ ਗਲਤੀ ਤੋਂ ਸਿੱਖ ਲਈਏ ਕਿ ਹਾਂਜੀ ਅਗਲੇ ਨੇ ਕੀ ਗਲਤੀ ਕੀਤੀ ਆਪਾਂ ਉਹਦੇ ਤੋਂ ਆਪਣੇ ਜਿਹੜਾ ਕਿ ਜਰਨੀ ਪਲਾਨ ਕਰ ਸਕੀਏ ਸੋ ਬੜਾ ਅੱਜ ਮੈਂ ਥੋੜੇ ਤੁਹਾਡੇ ਨਾਲ ਟਿਪਸ ਸਾਂਝੇ ਕਰਨੇ ਆ ਸੋ ਪਹਿਲੀ ਗੱਲ ਤਾਂ ਇਹਦੇ ਤੋਂ ਤਾਂ ਕੋਈ ਦੂਰ ਆਈ ਨਹੀਂ ਹੈਗੀ ਵੀਜ਼ਾ ਉਹੀ ਬੱਚਾ ਲੈਣ ਚ ਕਾਮਯਾਬ ਹੋ ਰਿਹਾ ਜਾਂ ਸਟੂਡੈਂਟ ਆਪ ਅਪਡੇਟ ਆ ਜਾਂ ਸਟੂਡੈਂਟ ਦਾ ਸਲਾਹਕਾਰ ਅਪਡੇਟ ਆ ਸੋ ਪਹਿਲੀ ਚੀਜ਼ ਬੇਟਾ ਕਾਪੀ ਪੈਨ ਲੈ ਕੇ ਜਰੂਰ ਨੋਟ ਕਰ ਲੋ ਤੁਹਾਡੇ ਕੋਰਸ ਨਾਲ ਕੰਪਰਮਾਈਜ਼ ਨਹੀਂ ਚਾਹੀਦਾ ਕਿਉਂਕਿ ਬਹੁਤ ਸਾਰੇ ਬੱਚੇ ਖਾਸ ਤੌਰ ਤੇ ਜਿਹੜੇ ਫਰੈਸ਼ ਪਾਸ ਆਊਟ ਹੁੰਦੇ ਨਾ ਉਹਨਾਂ ਲਈ ਤਾਂ ਇੱਕ ਮੈਂ ਕਹਾਂਗਾ ਕਿ ਜੇ ਇਦੀ ਹੁੰਦੀ ਹੈ ਕਿ ਇਸ ਕੈਂਪਸ ਇਸ ਕਾਲਜ ਚ ਸੀਟ ਮਿਲਦੀ ਆ ਤਾਂ ਠੀਕ ਆ ਜੀ ਨਹੀਂ ਤਾਂ ਅਸੀਂ ਕਿਤੇ ਹੋਰ ਅਪਲਾਈ ਕਰ ਲੈਂਦੇ ਸੋ ਬੇਟਾ ਮੈਂ ਬੱਚਿਆਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਹਾਂ ਕਿ ਅਸੀਂ ਇਹ ਤੱਕਾ ਨਹੀਂ ਹੋਊਗਾ ਸੋ ਮੈਂ ਮੰਨ ਸਕਦਾ ਕਿਤਨੇ ਕਿਤੇ ਪੇਰੈਂਟਸ ਦਾ ਬੱਚਿਆਂ ਦਾ ਕੰਸਰਨ ਵੀ ਸਾਂਝਾ ਹੁੰਦਾ ਜੈਨੂਨ ਹੈਗਾ ਕਿ ਬੱਚੇ ਨੂੰ ਅਸੀਂ ਉੱਥੇ ਭੇਜੀਏ ਜਿੱਥੇ ਉਹਦਾ ਕੋਈ ਰਿਸ਼ਤੇਦਾਰ ਹੈਗਾ ਬਟ ਹਾਂ ਉਹੀ ਬੱਚਾ ਜਦੋਂ ਕਿਸੇ ਵੀ ਕਰਨਗੇ ਰਿਫਿਊਜ਼ਲ ਨਹੀਂ ਹੁੰਦੀ ਉਹ ਬੱਚਾ ਆ ਵੀ ਜਾਂਦਾ ਸਰ ਜਿੱਥੇ ਮਰਜੀ ਭੇਜ ਦਿਓ ਕੈਨੇਡਾ ਜਾਣਾ ਚਾਹੀਦਾ ਵਾ ਤੇ ਕਿਤੇ ਨਾ ਕਿਤੇ ਜਿਹੜੀਆਂ ਨਾ ਸੋਚ ਬਦਲਦੀ ਆ ਤਾਂ ਮੈਂ ਤਾਂ ਕਹਿਣਾ ਹੁੰਦਾ ਕਿ ਆਪਾਂ ਪਹਿਲਾਂ ਹੀ ਸਾਰਾ ਕੁਝ ਫਾਈਨਲਾਈਜ਼ ਕਰ ਲਈਏ ਤੇ ਜਿਹੜਾ ਯੂਨੀਵਰਸਿਟੀ ਕਾਲਜ ਤੋਂ ਇਹ ਵੀ ਵਹਿਮ ਕੱਢ ਦਿਓ ਕਿ ਯੂਨੀਵਰਸਿਟੀ 'ਚ ਵੀਜ਼ਾ ਆਉਣਾ ਕਾਲਜ 'ਚ ਵੀਜ਼ਾ ਨਹੀਂ ਆਉਣਾ ਸੋ ਅੱਜ ਮੈਂ ਤੁਹਾਨੂੰ ਟਿਪ ਦੇਣੇ ਆ ਤੇ ਜ਼ਰੂਰ ਨੋਟ ਕਰੋ ਪਹਿਲਾ ਟਿਪ ਤਾਂ ਤੁਹਾਨੂੰ ਕੋਰਸ ਹੋ ਸਕੇ ਤੁਹਾਡੇ ਜਿੱਥੇ ਰਿਸ਼ਤੇਦਾਰ ਰਹਗੇ ਆ ਉੱਥੇ ਤੁਹਾਨੂੰ ਲਾਗੇ ਮਿਲ ਜਾਏ ਜ਼ਰੂਰ ਲੈ ਲਓ ਮੈਟ ਨਹੀਂ ਕਰਦਾ ਚਾਹੇ ਫਰੈਸ਼ਰ ਅਪਲਾਈ ਕਰਨਾ ਚਾਹੇ ਰਿਫਿਊਜ਼ਲ ਵਾਲਾ ਮੇਨ ਜਿਹੜਾ ਤਾਨੂੰ ਜਿਹੜਾ ਵੀਜ਼ਾ ਮਿਲਣਾ ਤੁਹਾਡੇ ਕੋਰਸ ਸਿਲੈਕਸ਼ਨ ਨੂੰ ਮਿਲਣਾ ਸੋ ਕੈਨੇਡਾ ਵੀਜ਼ਾ ਦਿੰਦਾ ਦੋ ਤਰੀਕੇ ਨਾਲ ਫਰਸਟ ਅਕੈਡੈਮਿਕ ਪ੍ਰੋਗਰੈਸ਼ਨ ਮਤਲਬ ਕਿ ਮੇਰੀ ਪੜ੍ਹਾਈ ਦੇ ਨਾਲ ਸੇਮ ਪ੍ਰੋਗਰੈਸ਼ਨ ਆ ਮੇਰੇ ਜਿਹੜਾ ਮੈਂ ਹੁਣ ਕੋਰਸ ਲਿਆ ਉਹਦੇ ਸਬਜੈਕਟ ਮੈਂ ਪੜੇ ਹੋਏ ਆ ਗਿਆ ਉਹ ਸੇਮ ਪ੍ਰੋਗਰੈਸ਼ਨ ਜਾਂ ਕਰੀਅਰ ਪ੍ਰੋਗਰੈਸ਼ਨ ਗੈਪ ਵਾਲੇ ਬੱਚੇ ਆ ਜੇ ਮੈਂ ਕਰੀਅਰ ਚੇਂਜ ਵੀ ਕਰਨਾ ਜਾਂ ਮੈਂ ਕੋਈ ਆਪਣੀ ਫੀਲਡ ਤੋਂ ਹਟ ਕੇ ਕੋਈ ਪੜ੍ਹਾਈ ਲੈਣਾ ਵਾ ਮੇਰੇ ਕੋਲ ਐਕਸਪੀਰੀਅੰਸ ਜਨੂਨ ਹੈਗਾ ਵਾ ਸੋ ਕੋਰਸ ਸਿਲੈਕਸ਼ਨ ਜ਼ਰੂਰ ਮੈਟਰ ਕਰੇਗੀ ਤੇ ਸੈਕੰਡ ਚੀਜ਼ ਜਿਹੜੀ ਹੈਗੀ ਆ ਇੱਕ ਮੇਰਾ ਹਰ ਬੱਚੇ ਨੂੰ ਇੱਕ ਐਡਵਾਈਸ ਹੁੰਦੀ ਆ ਕਿ ਜਰੂਰ ਆਪਣੀ ਫਾਈਲ ਦੇ ਵਿੱਚ ਚਾਹੇ ਗੈਪ ਵਾਲੇ ਬੱਚੇ ਆ ਚਾਹੇ ਕਿਸੇ ਤਰ੍ਹਾਂ ਦੇ ਵੀ ਤੁਹਾਡੀ ਫਾਈਲ ਦੇ ਵਿੱਚ ਆ ਫੇਕ ਖਾਸ ਤੌਰ ਤੇ ਐਜੂਕੇਸ਼ਨਲ ਡਾਕੂਮੈਂਟ ਮੈਂ ਕਹੂੰਗਾ ਡਿਪਲੋਮੇ ਡਿਗਰੀਆਂ ਤੋਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਬਚੋ ਇਹ ਬੇਟਾ ਸਚਾਈ ਆ ਤੁਹਾਡੇ ਨਾਲ ਅਸੀਂ ਪ੍ਰੂਫ ਦਿਖਾਏ ਸੀਗੇ ਕਿ ਬੱਚਿਆਂ ਦੇ ਐਜੂਕੇਸ਼ਨਲ ਇੰਸਟੀਟਿਊਟ ਨੂੰ ਇਨਕੁਆਰੀਆਂ ਜਾਣੀਆਂ ਸ਼ੁਰੂ ਹੋ ਗਈਆਂ ਉਹ ਤਾਂ ਅਸੀਂ ਚਲੋ ਸਮ ਹਾਉ ਬੱਚੇ ਦਾ ਵੀਜ਼ਾ ਆ ਗਿਆ ਜੈਨੂਨ ਸੀਗਾ ਸਟੂਡੈਂਟ ਬਟ ਕਹਿੰਦੇ ਨਾ ਸਿਰਫ ਵੀਜ਼ੇ ਦਿਖਾਏ ਜਾਂਦੇ ਆ YouTube ਤੇ ਬੇਟਾ ਰੱਬ ਨਾ ਕਰੇ ਕਿਸੇ ਧੀ ਪੁੱਤ ਬੱਚੇ ਦਾ ਖਰਾਬ ਹੋਵੇ ਤੇ ਬੈਨ ਲੱਜਣਾ ਰਿਫਿਊਜ਼ਲ ਦਾ ਹਲ ਹੈਗਾ ਬੇੰਦਾ ਹੱਲ ਨਹੀਂ ਹੈਗਾ ਤੇ ਇੱਕ ਹੋਰ ਪੁਆਇੰਟ ਮੈਂ ਦੱਸੂਗਾ ਕਿ ਐਸਓਪੀ ਹੁਣ ਤਾਂ ਚਲੋ ਬੱਚੇ ਇਹਦੀ ਵੈਲਿਊ ਸਮਝ ਚੁੱਕੇ ਆ ਤੇ ਜਰੂਰ ਇਹਦੇ ਤੇ 100% ਐਫਰਟ ਲਾਓ ਕੇਸ ਸਟਡੀ ਕਰੋ ਛੋਟੀ ਤੇ ਛੋਟੀ ਚੀਜ਼ ਜਿਹੜੀ ਤੁਹਾਡੀਆਂ ਅਚੀਵਮੈਂਟਸ ਆ ਉਹ ਲਿਖੋ ਤੇ ਇੱਕ ਹੋਰ ਗੱਲ ਬੱਚੇ ਨੇ ਜਿਹੜੀ ਪਿੱਛੇ ਜਿਹੜੇ ਰਿਫਿਊਜ਼ਲ ਲੱਗੀਆਂ ਯੂ ਵਿਲ ਨਾਟ ਲੀਵ ਕੈਨੇਡਾ ਜਾਂ ਪਪਰਸ ਆਫ ਵਿਜ਼ਿਟ ਜਿਹੜੀ ਕਿ ਕਾਮਨ ਰਿਫਿਊਜ਼ਲ ਜਿਹੜੀ ਬੱਚਿਆਂ ਨੂੰ ਲੱਗ ਕੇ ਆਈ ਤੇ ਆਪਣੀ ਐਸਓਪੀ ਚ ਜਰੂਰ ਠੋਕੇ ਮਿਹਨਤ ਕਰੋ ਦੱਸੋ ਤੁਸੀਂ ਪੜ੍ਹ ਕੇ ਵਾਪਸ ਆਉਂਗੇ ਇਹਦੇ 'ਚ ਵੀ ਕੋਈ ਦੂਰਾ ਨਹੀਂ ਕੋਈ ਨਹੀਂ ਪੜ੍ਹ ਕੇ ਵਾਪਸ ਹੁੰਦਾ ਸਾਰੇ ਸੈਟਲ ਹੁੰਦੇ ਆ ਬਟ ਜੋ ਮਰਜ਼ੀ ਕਹਿ ਲਈ ਵੀਜ਼ਾ ਆਫਿਸ ਨੂੰ ਇੰਸਟਰਕਸ਼ਨਸ ਹੈਗੀਆਂ ਇਹ ਚੀਜ਼ਾਂ ਚੈੱਕ ਕਰਨਦੀਆਂ ਤੁਹਾਡੇ ਸਟੱਡੀ ਪਲਾਨ ਨੂੰ ਤੁਹਾਡਾ ਪਰਪਸ ਆਫ ਵਿਜ਼ਿਟ ਚੈੱਕ ਕਰਨ ਨੂੰ ਉਹਦੇ ਵਾਸਤੇ ਪਰਪਸ ਆਫ ਵਿਜ਼ਿਟ ਨੂੰ ਸੈਟੀਸਫਾਈ ਕਰਨ ਵਾਸਤੇ ਐਸਓਪੀ ਦੇ ਵਿੱਚ ਤੁਸੀਂ ਵਾਪਸ ਕਿਉਂ ਆਉਂਗੇ ਉਹਦੇ ਤੁਹਾਡੇ ਕੋਲ ਸਟਰੋਂਗ ਰੀਜ਼ਨ ਚਾਹੀਦੇ ਆ ਐਸਓਪੀ ਦੇ ਵਿੱਚ ਹੀ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਕੀ ਹੈਗੀ ਆ ਇੱਕ ਸਾਲ ਤੋਂ ਫੀਸ ਦੇਣ ਤੇ ਰਹਿਣ ਦਾ ਖਰਚਾ ਦਿਖਾਉਂਦਾ ਬਾ ਉਸ ਤੋਂ ਅਗਲੇ ਸਾਲਾਂ ਵੀ ਆ ਫੀਸ ਸੋ ਮੇਨ ਮੁੱਦਾ ਜੇ ਮੈਂ ਕਹਾਂ ਦੋ ਚੀਜ਼ਾਂ ਤੇ ਜਿਹੜੀਆਂ ਬੈਕਬੋਨ ਜਿਹੜੀ ਮੈਂ ਕਹੂੰਗਾ ਕਿ ਤੁਹਾਡੀ ਸਹੀ ਕੋਰਸ ਤੇ ਤੁਹਾਡਾ CSOP ਦੇ ਵਿੱਚ ਹਰ ਤਰ੍ਹਾਂ ਦੀ ਜਸਟੀਫਿਕੇਸ਼ਨ ਤੇ ਬਿਲਕੁਲ ਤੁਸੀਂ ਵੀਜ਼ਾ ਲੈਣ ਚ ਕਾਮਯਾਬ ਹੋ ਸਕਦੇ ਆ ਤੇ ਇੱਕ ਮੈਂ ਹੋਰ ਅੱਜ ਬੱਚਿਆਂ ਨੂੰ ਸਰ ਚਾਹੇ ਜਨੂਅਰੀ ਇਨਟੇਕ ਲਾ ਲੋ ਚਾਹੇ ਮਈ ਇਨਟੇਕ ਲਾ ਲੋ ਬੱਚਿਆਂ ਨੂੰ ਕਹੂੰਗਾ ਕਿ ਗਾਰੰਟੀ ਵਰਡ ਤੋਂ ਜ਼ਰੂਰ بچੋ ਕਿ ਗਾਰੰਟੀ ਵਰਡ ਮੈਂ ਸਮਝ ਸਕਦਾ ਬੱਚਾ ਸੁਣਨਾ ਹੀ ਗਾਰੰਟੀ ਚਾਹੁੰਦਾ ਚਾਹੇ ਅਸੀਂ ਵੀ ਜਿੰਨੀ ਮਰਜੀ ਇੱਥੇ ਇਸ ਲਾਈਵ ਸ਼ੋ ਚ ਨੌਲੇਜ ਦੇਣੀ ਬੱਚਿਆਂ ਨੂੰ ਦਿੰਦੇ ਪਰ ਬੱਚਾ ਨੌਲੇਜ ਨਾਲ ਬੱਚਾ ਕਹਿੰਦਾ ਵੀਜ਼ਾ ਦੋ ਉਹ ਨੌਲੇਜ ਲੈ ਕੇ ਅਸੀਂ ਕਿਰਨ ਅਸੀਂ ਕਿਹੜਾ ਇੱਥੇ ਆਫਿਸ ਖੋਲਣਾ ਬਟ ਮੈਂ ਦੁਬਾਰਾ ਕਹੂੰਗਾ ਉਹ ਚੀਜ਼ਾਂ ਨੂੰ ਯਾਦ ਰੱਖ ਲਓ ਤੁਹਾਡਾ ਅਪਡੇਟ ਰਹਿ ਚਾਹੇ ਜਿਹੜਾ ਮਰਜੀ ਇਨਟੇਕ ਹੋਵੇ ਚਾਹੇ ਸਪਟੰਬਰ ਇਨਟੇਕ ਆ ਚਾਹੇ ਜਨਵਰੀ ਇਨਟੇਕ ਆ ਚਾਹੇ ਮਈ ਇਨਟੇਕ ਆ ਇਨਟੇਕ ਤਾਂ ਹੁੰਦੇ ਰਹਿੰਦੇ ਆ ਵੀਜ਼ਾਸ ਵੀ ਆਉਂਦੇ ਰਹਿੰਦੇ ਆ ਸੋ ਆਪਾਂ ਵੀਜ਼ਾ ਕਿਦਾਂ ਲੈਣਾ ਸਿਰਫ ਉੱਤੇ ਫੋਕਸ ਕਰੀਏ ਤੇ ਇੱਕ ਸਰ ਦਾ ਹੋਰ ਸਵਾਲ ਸੀਗਾ ਕਈ ਬੱਚੇ ਨਾ ਹੁਣ ਡੈਫਰ ਹੋਏ ਆ ਸਪਟੰਬਰ ਤੋਂ ਅਗਲੀ ਸਪਟੰਬਰ ਚ ਡੈਫਰ ਹੋਏ ਆ ਤੇ ਬੱਚਾ ਵੀ ਹੁਣ ਸੋਚ ਰਿਹਾ ਸੋ ਬੇਟਾ ਸਰ ਉਹੀ ਗੱਲ ਨਾ ਅਪਡੇਟ ਰਹਿਣ ਦੀ ਗੱਲ ਆ ਤੁਸੀਂ ਆਪਣਾ ਕੋਰਸ ਜਰੂਰ ਚੇਂਜ ਕਰ ਸਕਦੇ ਆ ਬਟ ਯੂਨੀਵਰਸਿਟੀ ਕਾਲਜ ਨਹੀਂ ਚੇਂਜ ਕਰ ਸਕਦੇ ਵਾਂਸ ਤੋਂ ਤੁਹਾਡੀ ਫਾਈਲ ਤੇ ਵੀਜ਼ਾ ਅਪਰੂਵ ਹੋ ਜਾਂਦਾ ਬਸ ਜੇਕਰ ਤੁਸੀਂ ਟਰੈਵਲ ਕਰਨਾ ਵਾ ਜੇ ਤੁਹਾਨੂੰ ਉਸੇ ਕਾਲਜ ਦੇ ਵਿੱਚ ਹੋਰ ਕੋਰਸ ਮਿਲਦਾ ਰਲਦਾ ਮਿਲਦਾ ਤੁਸੀਂ ਜਰੂਰ ਲੈ ਸਕਦੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗਾ ਹਾਂ ਉਹਦਾ ਵੈਬ ਫਾਰਮ ਜਰੂਰ ਰੀਸ ਕਰ ਦਿਓ ਸੋ ਹਰ ਪ੍ਰੋਬਲਮ ਦਾ ਹੱਲ ਜਰੂਰ ਹੈਗਾ ਬਟ ਇੱਕੋ ਹੀ ਇਹਦੀ ਸ਼ਰਤ ਹੈਗੀ ਆ ਕਿ ਝੂਠ ਤੋਂ ਬਚ ਕੇ ਸੱਚ ਦਰਾ ਦੇ ਚੱਲ ਜੀਏ ਇਹ ਥੋੜੀਆਂ ਜੀਆਂ ਸਹਿਤ ਮੈਂ ਸਮਝ ਸਕਦਾ ਤਾਂ ਮਾਫੀ ਚਾਹੂੰਗਾ ਕਿ ਬੱਚੇ ਇਹ ਗੱਲਾਂ ਸ਼ਾਇਦ ਨਹੀਂ ਸੁਣਨੀਆਂ ਪਸੰਦ ਕਰਦੇ ਬਟ ਜਦੋਂ ਸਾਡੇ ਕੋਲ ਵੀ ਬੱਚੇ ਆਉਂਦੇ ਆ ਤਾਂ ਮੈਂ ਬੱਚੇ ਨੂੰ ਹਮੇਸ਼ਾ ਕਹਿੰਦਾ ਕਿ ਬਿਲਕੁਲ ਇੱਕ ਵੱਡਾ ਜਿਗਰਾ ਕਰਕੇ ਸੱਚ ਸੁਣਨ ਦੀ ਹਿੰਮਤ ਜੂਰ ਹੈ ਕਿ ਆਓ ਕਿਉਂਕਿ ਨਾ ਬੱਚਾ ਸੁਣਨਾ ਕੀ ਚਾਹੁੰਦਾ ਕਿ ਫਲਾਣੇ ਫਲਾਣੇ ਏਜੰਟ ਨੇ ਆ ਗਲਤੀ ਕਰਤੀ ਉਹਨੇ ਮੈਨੂੰ ਗਲਤ ਕੋਰਸ ਦਿੱਤਾ ਉਹਨੇ ਮੈਨੂੰ ਇਹ ਦਿੱਤਾ ਸਾਡੇ ਕੋਲ ਵੀ ਬੱਚੇ ਆਉਂਦੇ ਮੇਰਾ ਤਾਂ ਪਰ ਸਟੂਡੈਂਟ ਨੂੰ ਹਰ ਬੱਚੇ ਨੂੰ ਇਹੀ ਸਨੇਹਾ ਹੁੰਦਾ ਇਹੀ ਗਾਈਡੈਂ ਮਨ ਲਓ ਮੇਰੀ ਗਲਤੀ ਹੈ ਜਦੋਂ ਤੱਕ ਮੈਂ ਗਲਤੀ ਨਹੀਂ ਮੰਨੂਗਾ ਮੈਂ ਗਲਤੀ ਦੀ ਸੋਲੂਸ਼ਨ ਗਲਤੀ ਨੂੰ ਸੁਧਾਰਨ ਵਾਲੇ ਪਾਸੇ ਨੂੰ ਕਿੱਦਾਂ ਜਾਊਗਾ ਹੋਊਗੀ ਗਲਤੀ ਕਿਸੇ ਦੀ ਵੀ ਗਲਤੀ ਹੋਊਗੀ ਮੈਂ ਤਾਂ ਕਹੂੰਗਾ ਉੱਤੇ ਛੱਡ ਕੇ ਆਪਾਂ ਹੁਣ ਵੀਜ਼ਾ ਕਿੱਦਾਂ ਲੈਣਾ ਕਿਹੜੀਆਂ ਚੀਜ਼ਾਂ ਦੇ ਵਰਕਆਊਟ ਕਰ ਸਕਦੇ ਹਾਂ ਇੰਪਰੂਵਮੈਂਟ ਕਰ ਸਕਦੇ ਹਾਂ ਤੇ ਆਪਾਂ ਉਹਨਾਂ ਪਾਸੇ ਫੈਕਟਰ ਤੇ ਵਰਕਆਊਟ ਕਰੀਏ ਤੇ ਜ਼ਰੂਰ ਆਪਾਂ ਵੀਜ਼ੇਵਲ ਨੂੰ ਜਾ ਸਕਦੇ ਹਾਂ ਸੋ ਮੈਂ ਆ ਜਿਹੜੇ ਟਿਪਸ ਆ ਤੁਹਾਨੂੰ ਦਿੱਤੇ ਦਿੱਤੇ ਆ ਬਟ ਇੱਕ ਜਿਹੜਾ ਟਿਪ ਕੋਈ ਵੀ ਕੰਟਰੀ ਹੋਵੇ ਚਲੋ ਆਪਾਂ ਕੈਨੇਡਾ ਦੀ ਗੱਲ ਕਰਦੇ ਕੋਈ ਵੀ ਕੰਟਰੀ ਹੋਵੇ ਸੱਚ ਦੀ ਰਾਹ ਜਰੂਰ ਫੜ ਲਓ ਸੁਣਿਆ ਜਰੂਰ ਜਾਂਦਾ ਇਹ ਮੇਰਾ ਆਪਣਾ ਪਰਸਨਲ ਜ਼ਿੰਦਗੀ ਦਾ ਤਜਰਬਾ ਇਹ ਤੁਹਾਡੇ ਪੇਰੈਂਟਸ ਦਾ ਵੀ ਤਜਰਬਾ ਹੋਣਾ ਵਾ ਸੋ ਸੱਚ ਦੇ ਰਾਹ ਤੇ ਚਲੋ ਸੱਚ ਬੋਲੋ ਆਪਣੀ ਪ੍ਰੋਫਾਈਲ ਤੇ ਮਿਹਨਤੋ ਬਿਲਕੁਲ ਵੀ ਛਿਜਕੋ ਨਾ ਤੇ ਜਰੂਰ ਵਾਇਗੁਰੂ ਕਰੇ ਹਰ ਬੱਚੇ ਦੀ ਫਾਈਲ ਜਿਨ੍ਹਾਂ ਦੀਆਂ ਲਗੀਆਂ ਹੋਈਆਂ ਜਾਂ ਜਿਨ੍ਹਾਂ ਨੇ ਲਾਉਣਾ ਹੈ ਤੇ ਜਰੂਰ ਉਹਨੂੰ ਵੀਜ਼ਾ ਦੇਖਣ ਨੂੰ ਮਿਲੇ ਤੇ ਸਾਡੇ ਕੋਲ ਵੀ ਆਉਣਾ ਵਾ ਸਵਾਲਾਂ ਦੀ ਲਿਸਟ ਲੈ ਕੇ ਆਓ ਜਵਾਬ ਮਿਲਦੇ ਆ ਤੇ ਜਰੂਰ ਆਪਣੀ ਕਿਸਮਤ ਜਿਹੜੀ ਹੈ ਕਿ ਸਾਡੇ ਅਥਰ ਤੋਂ ਤੇ ਉਮੀਦ ਕਰਦਾ ਕਿ ਜਿੰਨਾ ਬੱਚੇ ਨੇ ਸਾਡੇ ਦੇ ਅਟਰਸ ਕੀਤਾ ਵੱਧ ਤੋਂ ਵੱਧ ਵੀਜ਼ੇ ਉਹਨਾਂ ਨੂੰ ਜਰੂਰ ਜਲਦੀ ਤੋਂ ਜਲਦੀ ਦੇਖਣ ਨੂੰ ਮਿਲਿਆ